ਫਿਰ ਮੈਂ ਡੇਰਾ ਬਾਬਾ ਦਰਬਾਰ ਸਾਹਿਬ ਖਲੋ ਕੇ ਕਹਿੰਦਾ ਕਿ ਮੈਂ ਇੱਕ ਪੈਸਾ ਨਹੀਂ ਵੰਡਿਆ, ਇਲੈਕਸ਼ਨ ਬੜੇ ਸਾਫ ਸੁਥਰੇ ਐਕਟ ਨਾਲ ਲੜੀ ਆ, ਅਤੇ ਮੈਂ ਛਿੱਤਰ 'ਚ ਪਾਣੀ ਪੀਣ ਨੂੰ ਤਿਆਰ ਹਾਂ। ਇਹ ਜਿਹੜਾ ਪਿਆਜੀ ਨੋਟ ਚੱਲਿਆ ਨਾ, ਉਹ ਕਿਸੇ ਨੂੰ ਭੁਲੇਖਾ ਨਹੀਂ ਰਿਹਾ ਕਿ ਕਿੰਨਾ ਗੁਲਾਬੀ ਨੋਟ ਚੱਲਿਆ। ਜਿਹੜੀ ਸਟੇਟਮੈਂਟ ਦੇ ਥੱਲੇ ਕਮੈਂਟਸ ਵੇਖੋ ਕੀ ਕਰਦੇ ਲੋਕ। ਛੁੱਟੀ ਹੋਣੀ ਆ ਸਾਰਿਆਂ ਦੀ, ਸਮਾਂ ਥੋੜ੍ਹਾ ਜਿਹਾ ਡਿੱਕੋ, ਸਾਰਿਆਂ ਦੀ ਛੁੱਟੀ ਹੋ ਜਾਏਗੀ। ਮੈਂ ਉਸ ਲੀਡਰ ਨੂੰ ਕਹਿਣਾ ਚਾਹੁੰਦਾ, ਆਪਣੀ ਜ਼ਮੀਨ ਨੂੰ, ਪੰਜਾਬ ਦੀ ਜ਼ਮੀਨ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆ, ਤਾਂ ਲੋਕਾਂ ਨੂੰ ਦੱਸ ਕਿ ਤੂੰ 2022 ਚ ਕੀ ਕੀ ਕਰਤੂਤਾਂ ਨੇ ਬਾਬਾ ਨਾਨਕ ਜੀ ਕਰਕੇ ਗਿਆ। ਬੱਚਿਆਂ ਨੂੰ ਨਾਲ ਲੈ ਕੇ ਕਿਸੇ ਪਰਿਵਾਰਕ ਤੇ ਤੁਸੀਂ ਨਿੱਜੀ ਦੂਸ਼ਣਬਾਜ਼ੀ ਕਰਦੇ ਹੋ, ਏਦੋਂ ਘਟੀਆ ਸਿਆਸਤਦਾਨ ਮੈਂ ਨਹੀਂ ਕਦੀ ਵੇਖੀ। ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਆਪ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਕਾਂਗਰਸ ਪਾਰਟੀ ਦੇ 50 ਦੇ ਕਰੀਬ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਬੋਲਦੇ ਹੋਏ ਹਲਕਾ ਇੰਚਾਰਜ ਆਪ ਪਾਰਟੀ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਲੱਗਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਡੇਰਾ ਬਾਬਾ ਨਾਨਕ ਤੋਂ ਮਾਝਾ ਲਾਈਵ ਟੀਵੀ ਲਈ ਆਸ਼ਿਕ ਰਾਜ ਮਾਲਾ ਦੀ ਖਾਸ ਰਿਪੋਰਟ। ਅੱਜ ਮੀਟਿੰਗ ਜਿਹੜੀ ਆਮ ਆਦਮੀ ਪਾਰਟੀ ਦੀ ਮੀਟਿੰਗ ਧਰਮਕੋਟ ਰੰਧਾਵਾ ਪਿੰਡ 'ਚ ਹੋਈ ਹੈ। ਬੜਾ ਕੱਟੜ ਕਾਂਗਰਸੀ ਪਿੰਡ ਸੀਗਾ ਪੁਰਾਣਾ, ਮੇਰੇ ਖਿਆਲ ਅੱਜ ਦੀ ਮੀਟਿੰਗ ਨੇ ਇੱਕ ਸਾਬਤ ਕਰਤਾ ਕਿ ਜੇ ਧਰਮਕੋਟ ਵਰਗੇ ਪਿੰਡ 'ਚ ਏਡੀਆਂ ਏਡੀਆਂ ਵੱਡੀਆਂ ਮੀਟਿੰਗਾਂ ਹੋਣ ਲੱਗ ਗਈਆਂ, ਆਉਣ ਵਾਲੇ ਸਮੇਂ 'ਚ ਕਾਂਗਰਸ ਦੀ ਤਾਂ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਜਿਹੜਾ ਡੇਰਾ ਬਾਬਾ ਨਾਨਕ। ਅਤੇ ਸਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਲੋਕ ਸਭਾ ਚੋਣਾਂ ਨਹੀਂ ਲੜਨਾ, ਉਹਨੂੰ ਕਿਸ ਤਰ੍ਹਾਂ ਦੇਖਦੇ? ਜਿਹੜੀ ਨਵਜੋਤ ਸਿੰਘ ਸਿੱਧੂ ਦਾ ਕੀ ਦੇਖਣਾ ਹੈ, ਜਦੋਂ ਅਗਲੇ ਨਾਲ ਸਿਆਣਾ ਬੰਦਾ ਜਿਹਨੂੰ ਅਗਲਾ ਭਵਿੱਖ ਦੇਖਣ ਡਿਆ, ਹਰਨ ਵਾਲੇ ਬੰਦੇ ਨੇ ਜਾਂਦਾ ਕਿਹੜਾ? ਸਿਆਣਾ ਰਿਹਾ ਜਿਹਨੇ ਪਹਿਲਾਂ ਕਹਿਤਾ ਕਿ ਮੈਂ ਤਾਂ ਨਹੀਂ ਇਲੈਕਸ਼ਨ ਲੜਦਾ, ਸਿਆਣਪ ਕਰਕੇ ਆਪਣੀ। ਸਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਮਜੀਠੀਆਂ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ, ਉਹਨਾਂ ਦੀ ਬੇਟੀ ਦੀ ਨਿੰਦਾ ਕੀਤੀ ਗਈ ਹੈ, ਕੀ ਕਹਿਣਾ ਚਾਹੁੰਦੇ? ਵੇਖੋ, ਮੈਂ ਜਿਹੜਾ ਮਜੀਠੀਆ ਸਾਹਿਬ ਦੀ ਗੱਲ ਕਰਦਾ, ਉਹਨਾਂ ਦਾ ਮੇਰੇ ਖਿਆਲ ਵੀ ਇੰਨੀ ਛੋਟੀ ਨੀਵੀਂ ਜਿਹੜੀ ਸਿਆਸਤ ਨਹੀਂ ਕਰਨੀ ਚਾਹੀਦੀ ਕਿ ਬੱਚਿਆਂ ਨੂੰ ਨਾਲ ਲੈ ਕੇ ਕਿਸੇ ਪਰਿਵਾਰਕ ਤੇ ਤੁਸੀਂ ਨਿੱਜੀ ਦੂਸ਼ਣਬਾਜ਼ੀ ਕਰਦੇ ਹੋ, ਏਦੋਂ ਘਟੀਆ ਸਿਆਸਤਦਾਨ ਮੈਂ ਨਹੀਂ ਕਦੀ ਵੇਖੀ। ਸਰ ਇੱਕ ਕਾਂਗਰਸੀ ਆਗੂ ਤੋਂ ਤੁਸੀਂ ਆਪਣਾ ਹੁਣੇ ਗੱਲ ਕਰਕੇ ਹਟੇ, ਉਹਦੀ ਕਰਨੀ ਤੇ ਕਥਨੀ 'ਚ ਬੜਾ ਫਰਕ ਆ। ਮੈਂ ਕਹਿ ਤਾ, ਮੈਂ ਸ਼ਰੇਆਮ ਕਹਿੰਦਾ, ਮੈਂ ਡਰ ਕੇ ਕਹਿੰਦਾ, ਜੇ ਮੈਂ ਤਾਂ ਕਿਹਾ ਕੱਲ੍ਹ ਤੁਸੀਂ ਵੇਖਿਆ ਉਹਦੀ ਲਾਈਵ ਇੱਕ ਵੀਡੀਓ ਚੈਨਲ 'ਤੇ ਚੱਲਣ ਡਈ ਹੈ, ਕਿਆ ਉਹ ਪਤਾ ਨਹੀਂ ਕਿਹੜੇ ਲੀਡਰ ਨੇ ਜਿਹੜੇ ਪੈਸੇ ਦੇ ਕੇ ਇਲੈਕਸ਼ਨਾਂ ਜਿੱਤਦੇ ਨੇ। ਮੈਂ ਕਹਿੰਦਾ ਕਿ ਆ ਜਾਓ ਬਾਬੇ ਸ਼੍ਰੀ ਚੰਦ ਦਾ ਦਰਬਾਰ ਸਾਹਿਬ ਆਵੇ ਤਾਂ ਕਵੇ ਮੈਂ ਬੜੀ ਸਾਫ਼ ਸੁਥਰੀ ਇਲੈਕਸ਼ਨ ਲੜੀ ਹੈ, ਆਉਣ ਲੋਕਾਂ ਨੂੰ ਦੱਸਣ, ਚੈਨਲ ਦੇ ਰਾਹੀਂ ਦੱਸਣ ਨਾ, ਕਿਤੇ ਗੁਰਦੁਆਰੇ ਆਣ ਕੇ ਮਹਾਰਾਜ ਦੀ ਹਜ਼ੂਰੀ ਦੇ ਸਾਹਮਣੇ ਖੜ ਕੇ ਗੱਲ ਕਰਨ ਕਿ ਮੈਂ ਬਾਬੇ ਦੀ ਹਜ਼ੂਰੀ 'ਚ ਗੁਰੂ ਨਾਨਕ ਸਾਹਿਬ ਦੇ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਖਲੋ ਕੇ ਗੱਲ ਕਰੇ ਕਿ ਜੇ ਮੈਂ ਇੱਕ ਵੀ ਪੈਸਾ ਵੰਡਿਆ ਤਾਂ ਮੈਨੂੰ ਕੋਈ ਸਾਬਤ ਕਰੇ, ਕਹਿ ਦੇ ਆਪਾਂ ਜੋ ਕਹੇਗਾ ਉਹ ਬੰਦਾ ਆਪਾਂ ਮੰਨਣ ਨੂੰ ਤਿਆਰ ਹਾਂ, ਹਰ ਗੱਲ ਮੈਂ ਜਿਵੇਂ ਕਹੇ ਮੈਨੂੰ ਛਿੱਤਰ 'ਚ ਪਾਣੀ ਪਿਆ ਦੇ ਇੰਨੀ ਗੱਲ ਕਹਿ ਕੇ ਵੀ ਮੈਂ ਡੇਰਾ ਬਾਬਾ ਦਰਬਾਰ ਸਾਹਿਬ ਖਲੋ ਕੇ ਕਹਿੰਦਾ ਕਿ ਮੈਂ ਇੱਕ ਪੈਸਾ ਨਹੀਂ ਵੰਡਿਆ, ਇਲੈਕਸ਼ਨ ਬੜੇ ਸਾਫ਼ ਸੁਥਰੇ ਐਕਟ ਨਾਲ ਲੜੀ ਆ, ਤਾਂ ਮੈਂ ਛਿੱਤਰ 'ਚ ਪਾਣੀ ਪੀਣ ਨੂੰ ਤਿਆਰ ਹਾਂ। ਕਿੰਨੇ ਪਰਿਵਾਰ ਆਏ ਨੇ? ਪਰਿਵਾਰ ਸਾਰਾ ਪਿੰਡ ਹੀ ਆ ਗਿਆ, ਹੁਣ ਮੈਂ ਪਰਿਵਾਰ ਦਾ ਕਿੰਨਾ ਦੱਸਾਂ, ਜਦੋਂ ਤਾਂ ਸਾਰਾ ਪਿੰਡ ਹੀ ਦੇਖਦਾ, ਹੁਣ ਮੈਂ ਕਿਹੜੇ ਕਿਹੜੇ ਪਰਿਵਾਰ ਦਾ ਦੱਸਾਂ, ਸਾਰਾ ਧਰਮਪੁਰ ਹੀ ਆ ਗਿਆ। ਇਸ ਕਰਕੇ ਪਹਿਲਾਂ ਬੋਲਣ ਤੋਂ ਪਹਿਲਾਂ ਕਹਿੰਦੇ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਕਿ ਮੈਂ ਕੀ ਬੋਲ ਰਿਹਾ, ਠੀਕ ਹੈ ਨਾ? ਲੋਕ ਨਹੀਂ ਤਾਂ ਥੱਲੇ ਕਮੈਂਟਸ ਲੋਕਾਂ ਦੇ ਪੜ੍ਹ ਲੈਣੇ ਕਿ ਕਮੈਂਟਸ ਲੋਕ ਕੀ ਕਰਦੇ ਨੇ, ਉਹ ਉਹਨਾਂ ਵੱਲ ਵੀ ਇਹਨਾਂ ਲੀਡਰਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਜਿਹੜੀ ਸਟੇਟਮੈਂਟ ਦੇਣੇ ਥੱਲੇ ਕਮੈਂਟਸ ਵੇਖੋ ਕੀ ਕਰਦੇ ਲੋਕ। ਇਸ ਕਰਕੇ ਲੋਕਾਂ ਨੂੰ ਕੁਛ ਭੁੱਲਿਆ ਨਹੀਂ, ਸਭ ਲੋਕਾਂ ਨੂੰ ਯਾਦ ਆ ਕੀ ਹੋਇਆ।
ਇਹ ਜਿਹੜਾ ਪਿਆਜੀ ਨੋਟ ਚੱਲਿਆ ਨਾ ਉਹ ਕਿਸੇ ਨੂੰ ਭੁਲੇਖਾ ਨਹੀਂ ਰਿਹਾ ਕਿ ਕਿੰਨਾ ਗੁਲਾਬੀ ਨੋਟ ਚੱਲਿਆ ਸਰ। ਛੋਟੇ ਪੁੱਤ ਦੀ ਛੁੱਟੀ ਹੋਈ ਹੈ ਬਟਾਲੇ ਤੋਂ, ਉਦੋਂ ਸਾਰੇ ਛੁੱਟੀ ਵਰਗੇ ਹੀ ਨੇ, ਜਿਹੜੇ ਆ ਗਏ ਨੇ ਉਹਨਾਂ ਦੀ ਵੀ ਛੁੱਟੀ ਹੈ, ਉਹ ਛੁੱਟੀ ਹੋ ਗਈ ਉਹਨਾਂ ਦਾ 24 ਦੂਜਿਆਂ ਦੀ ਛੁੱਟੀ ਲੋਕ ਕਰਾ ਦੇਣਗੇ, ਉਹ ਛੁੱਟੀ ਹੋਣੀ ਹੈ ਸਾਰਿਆਂ ਦੀ, ਸਮਾਂ ਥੋੜ੍ਹਾ ਜਿਹਾ ਡੀਕੋ, ਸਾਰਿਆਂ ਦੀ ਛੁੱਟੀ ਹੋ ਜਾਏਗੀ। ਮੈਂ ਧਰਮਕੋਟ ਬੋਨੀ ਰੰਧਾਵਾ ਆਮ ਪਾਰਟੀ ਦੇ ਵਿੱਚ ਸਹਿਯੋਗ ਦਿੰਦਾ ਹਾਂ। ਕਾਂਗਰਸ ਪਾਰਟੀ ਵੱਲੋਂ ਆਮ ਟੁੱਟ ਕੇ ਬੰਦੇ ਸਾਡੀ ਆਮ ਪਾਰਟੀ ਨਾਲ ਜੁੜੇ ਆ। ਅੱਜ ਖੁਸ਼ੀ ਵਾਲਾ ਦਿਨ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਾਫੀ ਸਮੇਂ ਤੋਂ ਕਾਂਗਰਸੀ ਸੀ ਉਹ ਅੱਜ ਕਾਂਗਰਸ ਨੂੰ ਛੱਡ ਕੇ ਕੋਈ 40-50 ਪਰਿਵਾਰ ਸਾਡੇ ਆਮ ਪਾਰਟੀ ਦੇ ਵਿੱਚ ਆਏ ਹਨ। ਸਾਡਾ ਇਹ ਭਰਾ ਬੋਨੀ ਰੰਧਾਵਾ ਜੋ ਕਿ ਬਹੁਤ ਹੀ ਆਮ ਪਾਰਟੀ ਦੇ ਲਈ ਮਿਹਨਤ ਕਰ ਰਿਹਾ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਦੋਂ ਦਾ ਆਮ ਪਾਰਟੀ ਆਈ ਹੈ ਕਾਫੀ ਕੰਮ ਹਨ ਜੋ ਸਾਡੇ ਪਿੰਡ ਦੇ ਵਿੱਚ ਹੋਏ ਹਨ, ਜਿਵੇਂ ਕਿ ਸਾਡੇ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਸ਼ੁਰੂ ਹੋਇਆ, ਡਿਸਪੈਂਸਰੀ ਖੁੱਲ੍ਹੀ, ਅਤੇ ਖਾਸ ਕਰਕੇ ਐਡੀ ਵੱਡੀ ਟੈਂਕੀ ਜੋ ਕਾਫੀ ਸਮੇਂ ਤੋਂ ਰੁਕੀ ਹੋਈ ਸੀ, ਸਾਡੇ ਭਰਾ ਬੋਨੀ ਅਤੇ ਇੱਕ ਸਾਡਾ ਭਰਾ ਬਾਜਾ ਜਿਨ੍ਹਾਂ ਦੀ ਮਿਹਨਤ ਸਦਕੇ ਸਾਡਾ ਇੱਕ ਭਾਜੀ ਅਵਤਾਰ ਜੋ ਮੰਗੀਆਂ ਤੋਂ ਹੈ ਉਹਨਾਂ ਦੀ, ਇਹਨਾਂ ਦੀ ਮਿਹਨਤ ਸਦਕੇ ਟੈਂਕੀ ਲੱਗੀ ਹੈ ਅਤੇ ਗਰੀਬਾਂ ਨੂੰ ਪਾਣੀ ਮਿਲੇਗਾ। ਅਸੀਂ ਇਸ ਸਮੇਂ ਬਹੁਤ ਹੀ ਖੁਸ਼ ਹਾਂ ਕਿਉਂਕਿ ਆਮ ਪਾਰਟੀ ਜਦੋਂ ਦੀ ਆਈ ਹੈ ਕੁਝ ਨਾ ਕੁਝ ਸਾਡੇ ਪਿੰਡ ਦੇ ਵਿੱਚ ਦਾ ਸੁਧਾਰ ਹੋਇਆ ਹੈ, ਨਹੀਂ ਤਾਂ ਸਾਡੇ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ ਕੋਈ ਸੁਧਾਰ ਨਹੀਂ ਹੋਇਆ। ਬਸ ਗਲੀਆਂ ਬਣ ਗਈਆਂ, ਉਹੀ ਬਣ ਗਈਆਂ, ਪਰ ਪਾਣੀ ਅਜੇ ਤੱਕ ਵੀ ਉਹ ਗਲੀਆਂ ਦੇ ਵਿੱਚ ਆ। ਹੁਣ ਅਸੀਂ ਇਹਨਾਂ ਅੱਜ ਆਮ ਪਾਰਟੀ ਦੇ ਵਾਰੀ ਬੇਨਤੀ ਕੀਤੀ ਹੈ, ਸੋ ਸਾਡੇ ਬਹੁਤ ਹੀ ਮਾਣਯੋਗ ਰੰਧਾਵਾ ਜੀ ਗੁਰਦੀਪ ਸਿੰਘ ਜੀ ਰੰਧਾਵਾ ਜੋ ਕਿ ਸਾਡੇ MLA ਹਨ, ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਤੁਹਾਡੇ ਪਿੰਡ ਦੇ ਵਿਕਾਸ ਦੇ ਲਈ ਮੈਂ ਬਹੁਤ ਮਿਹਨਤ ਕਰਾਂਗਾ, ਜੋ ਵੀ ਤੁਹਾਨੂੰ ਲੋੜ ਹੈ ਮੈਂ ਤੁਹਾਡੇ ਨਾਲ ਹਾਂ, ਤੁਹਾਡੇ ਨਾਲ ਖੜ੍ਹਾ ਹਾਂ, ਤੁਹਾਡੀ ਮਿਹਨਤ ਤੁਹਾਡੀ ਤੁਸੀਂ ਮੈਨੂੰ ਦੱਸੋ ਮੈਂ ਸਾਰੇ ਕੰਮ ਕਰਨ ਲਈ ਤਿਆਰ ਹਾਂ। ਮੈਂ ਆਪਣੇ ਵੱਲੋਂ ਸਾਡਾ ਭਤੀਜਾ ਬੋਨੀ ਇਹਦੇ ਵੱਲੋਂ ਅਤੇ ਸਾਡੇ ਈਸਾਈ ਕ੍ਰਿਸ਼ਨ ਭਾਈਚਾਰੇ ਦੇ ਵੱਲੋਂ ਮੈਂ ਸਾਰਿਆਂ ਨੂੰ ਵੱਡੇ ਦਿਨ ਦੀਆਂ ਅਤੇ ਨਵੇਂ ਸਾਲ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੁਹਾਨੂੰ। ਹਾਂਜੀ ਹਾਂਜੀ 2024 ਦੇ ਵਿੱਚ ਸਾਥ ਵੀ ਦੇਵਾਂਗੇ, ਪੂਰੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅਤੇ ਪੂਰਾ ਅਸੀਂ ਗੁਰਦੀਪ ਸਿੰਘ ਜੀ ਰੰਧਾਵਾ ਦੇ ਨਾਲ ਅਸੀਂ ਹਰ ਸਮੇਂ ਉਹਦੇ ਨਾਲ ਹਾਂ, ਜਦੋਂ ਵੀ ਸਾਨੂੰ ਬੁਲਾਵੇ ਜਦੋਂ ਵੀ ਪੂਰਾ ਅਸੀਂ ਉਹਨਾਂ ਦੇ ਲਈ ਮਿਹਨਤ ਕਰਾਂਗੇ।